ਅੱਜ ਅਸੀਂ ਗੱਲ ਕਰਾਂਗੇ ਸਟ੍ਰੈਸ ਅਤੇ ਐਂਜ਼ਾਇਟੀ ਬਾਰੇ। ਸਟ੍ਰੈਸ ਅਤੇ ਐਂਜ਼ਾਇਟੀ ਬਾਰੇ ਬਹੁਤ ਲੋਕਾਂ ਦੇ ਆਪਣੇ ਆਪਣੇ ਵਿਊਜ਼ ਨੇ, ਪਰ ਟੈਕਨੀਕਲੀ ਸਟ੍ਰੈਸ ਹਰ ਇੱਕ ਆਦਮੀ ਨੂੰ ਕਦੇ ਨਾ ਕਦੇ ਲਾਈਫ ਦੇ ਵਿੱਚ ਫੇਸ ਕਰਨਾ ਪੈਂਦਾ। ਸਟ੍ਰੈਸ ਦਾ ਮਤਲਬ ਇਹ ਹੈ ਕਿ ਜੋ ਰੂਟੀਨ ਦੇ ਕੰਮ ਅਸੀਂ ਕਰ ਰਹੇ ਹਾਂ ਉਸ ਤੋਂ ਹਟ ਕੇ ਕੋਈ ਇਹੋ ਜਿਹਾ ਈਵੈਂਟ ਜਿਹਦੇ ਨਾਲ ਸਾਨੂੰ ਪਰੇਸ਼ਾਨੀ ਹੋਵੇ। ਸਾਰਿਆਂ ਨੇ ਐਕਸਪੀਰੀਅੰਸ ਕੀਤਾ ਵੀ ਕੋਈ ਨਾ ਕੋਈ ਐਗਜ਼ਾਮ ਦੇਣ ਜਦੋਂ ਜਾਂਦੇ ਹਾਂ ਅਸੀਂ ਤਾਂ ਸਾਡੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ, ਇੰਝ ਲੱਗਦਾ ਜੀ ਸਾਰਾ ਕੁਝ ਭੁੱਲ ਗਿਆ, ਘਬਰਾਹਟ ਹੁੰਦੀ ਹੈ। ਕਈ ਵਾਰੀ ਘਬਰਾਹਟ ਇਤਨੀ ਵੱਧੀ ਹੈ ਕਿ ਪੈਰਾਂ ਦੀਆਂ ਹੱਥਾਂ ਦੀਆਂ ਪਸੀਨਾ ਆਉਣਾ ਸ਼ੁਰੂ ਹੋ ਜਾਂਦਾ, ਜੀ ਘਬਰਾਉਣਾ ਸ਼ੁਰੂ ਹੋ ਜਾਂਦਾ। ਪਰ ਇਸ ਦੇ ਬਾਵਜੂਦ ਅਸੀਂ ਐਗਜ਼ਾਮ ਵੀ ਦਿੰਦੇ ਅਤੇ ਪਾਸ ਵੀ ਕਰਨੇ ਅਤੇ ਚੰਗੇ ਨੰਬਰ ਵੀ ਲੈਣੇ। ਸੋ ਇਹ ਜਿਹੜਾ ਸਟ੍ਰੈਸ ਹੈ ਇਹ ਇੱਕ ਤਰ੍ਹਾਂ ਨਾਲ ਐਂਗਜ਼ਾਇਟੀ ਨੂੰ ਪੈਦਾ ਕਰਦਾ, ਜਿਹਦੇ ਵਿੱਚ ਇਹ ਸਾਰੇ ਸਿਮਟਮ ਸ਼ੁਰੂ ਹੋ ਜਾਂਦੇ ਨੇ। ਇਹ ਇੱਕ ਪੀਲੀ ਬੱਤੀ ਦੀ ਤਰ੍ਹਾਂ ਹੈ ਜੋ ਟ੍ਰੈਫਿਕ ਲਾਈਟ 'ਤੇ ਸਾਨੂੰ ਸੁਚੇਤ ਕਰਦੀ ਹੈ ਕਿ ਹੁਣ ਕੁਝ ਹੋਣ ਲੱਗਾ ਹੈ ਅਤੇ ਸਰੀਰ ਅਤੇ ਮਨ ਉਹਦੇ ਲਈ ਤਿਆਰੀ ਕਰਦਾ। ਇਹ ਇੱਕ ਰਬੜ ਬੈਂਡ ਹੈ, ਇਸ ਨੂੰ ਆਪਾਂ ਸਟ੍ਰੈਚ ਕਰਦੇ ਹਾਂ ਇਹ ਵਾਪਸ ਆਪਣੀ ਉਸ ਪੋਜੀਸ਼ਨ 'ਚ ਆ ਜਾਂਦਾ। ਇਸੇ ਤਰ੍ਹਾਂ ਹੀ ਸਾਡਾ ਸਰੀਰ ਹੈ, ਮਨ ਹੈ, ਇਹਨੂੰ ਆਪਾਂ ਜਦੋਂ ਸਟ੍ਰੈਚ ਕਰਦੇ ਹਾਂ ਸਟ੍ਰੈਸ ਨਾਲ ਤਾਂ ਐਂਗਜ਼ਾਇਟੀ ਜਿਹੜੀ ਹੈ ਉਹ ਹੁੰਦੀ ਹੈ, ਜਿਹਦੇ ਵਿੱਚ ਜੋ ਆਪਾਂ ਸਿਮਟਮਸ ਕਹੇ ਸੀ, ਕਈ ਵਾਰੀ ਨੀਂਦ ਵੀ ਉੱਡ ਜਾਂਦੀ ਹੈ, ਘਬਰਾਹਟ ਵੀ ਸ਼ੁਰੂ ਹੋ ਜਾਂਦੀ, ਪਰ ਫਿਰ ਉਹ ਦੁਬਾਰਾ ਉਸੇ ਜਗ੍ਹਾ 'ਤੇ ਆ ਕੇ ਜਦੋਂ ਇਹ ਸਟ੍ਰੈਸ ਖਤਮ ਹੋ ਜਾਂਦਾ ਹੈ ਤਾਂ ਬੰਦਾ ਰਬੜ ਬੈਂਡ ਵਾਂਗੂ ਫਿਰ ਆਪਣੀ ਨੋਰਮਲ ਰੂਟੀਨ ਲਾਈਫ 'ਚ ਆ ਜਾਂਦਾ। ਵਿਆਧੀਆਂ ਵਿਆਧੀਆਂ ਉਪਾਧੀਆਂ ਇਹਨਾਂ ਤੋਂ ਬਚਾਈ ਰੱਖੀ, ਇਹ ਆਪਾਂ ਆਮ ਸੁਣਿਆ ਹੈ ਆਪਣੇ ਬਜ਼ੁਰਗਾਂ ਤੋਂ। ਇਹ ਇੱਕ ਕਲਾਸੀਫਿਕੇਸ਼ਨ ਹੈ ਜੋ ਪਰੰਪਰਿਕ ਕਲਾਸੀਫਿਕੇਸ਼ਨ ਹੈ ਜਿਹਦੇ ਵਿੱਚ ਉਹਨਾਂ ਨੇ ਡਿਫਰੈਂਸ਼ੀਏਟ ਕੀਤਾ ਹੈ ਕਿ ਸਟ੍ਰੈਸ ਕਿੰਨੀ ਤਰ੍ਹਾਂ ਦਾ ਹੁੰਦਾ। ਵਿਆਧੀਆਂ ਦਾ ਮਤਲਬ ਇਹ ਹੈ ਮਾਨਸਿਕ ਪਰੇਸ਼ਾਨੀ, ਵਿਆਧੀਆਂ ਦਾ ਮਤਲਬ ਇਹ ਹੈ ਸਰੀਰਕ ਦੁੱਖ, ਅਤੇ ਉਪਾਧੀਆਂ ਦਾ ਮਤਲਬ ਇਹ ਹੈ ਕਿ ਨੈਚੁਰਲ ਕਲੈਮਿਟੀਜ ਜਿਹੜੀਆਂ। ਸੋ ਸਟ੍ਰੈਸ ਜੋ ਹੈ ਉਹ ਡਿਪੈਂਡ ਕਰਦਾ ਹੈ ਕਿ ਬੰਦੇ ਨੂੰ ਕਿਤਨੀ ਕੁ ਪਰੇਸ਼ਾਨੀ ਹੋਏ ਅਤੇ ਕਿਤਨਾ ਕੁ ਉਹ ਰੀਕੂਪ ਕਰੇ। ਇਹ ਹਰ ਇੱਕ ਬੰਦੇ ਲਈ ਡਿਫਰੈਂਟ ਡਿਫਰੈਂਟ ਹੈ। ਜਿਹੜਾ ਡਰਾਈਵ ਕਰਦਾ ਹੈ 8 ਘੰਟੇ ਰੋਜ਼, ਉਹਦੇ ਲਈ ਉਹ ਸਟ੍ਰੈਸ ਨਹੀਂ ਹੈ, ਪਰ ਜੇ ਸਾਨੂੰ ਡਰਾਈਵ ਕਰਨਾ ਪੈ ਜਾਵੇ ਤਾਂ ਸਾਡੇ ਲਈ ਸਟ੍ਰੈਸ ਹੈ। ਜੇ ਕੋਈ ਮਿਹਨਤ ਮਜ਼ਦੂਰੀ ਕਰਦਾ ਹੈ, 8 ਘੰਟੇ ਲੇਬਰ ਕਰਦਾ ਹੈ ਫਿਜ਼ੀਕਲ, ਉਹਨੂੰ ਉਹ ਸਟ੍ਰੈਸ ਨਹੀਂ ਹੈ, ਪਰ ਜੇ ਅਸੀਂ 8 ਘੰਟੇ ਲੇਬਰ ਕਰਾਂਗੇ ਜਿਹੜਾ ਨਹੀਂ ਰੂਟੀਨ 'ਚ ਕਰਦੇ ਤਾਂ ਸਾਨੂੰ ਸਟ੍ਰੈਸ। ਸੋ ਸਟ੍ਰੈਸ ਦੀ ਜਿਹੜੀ ਡੈਫੀਨੇਸ਼ਨ ਹੈ ਹਰ ਬੰਦੇ ਲਈ ਅਲੱਗ ਅਲੱਗ ਹੈ। ਮਕਸਦ ਇਹ ਹੈ ਕਿ ਸਟ੍ਰੈਸ ਦਾ ਮਕਸਦ ਕੀ ਹੈ, ਸਾਨੂੰ ਪ੍ਰਿਪੇਅਰ ਕਰਨਾ। ਫਿਜ਼ੀਕਲ ਸਟ੍ਰੈਸ ਦੇ ਵਿੱਚ ਇਸ ਤਰ੍ਹਾਂ ਹੁੰਦਾ ਹੈ ਜਿਸ ਤਰ੍ਹਾਂ ਕਿਸੇ ਨੂੰ ਡਾਇਬਟੀਜ਼ ਹੈ, ਕਿਸੇ ਨੂੰ ਹਾਈਪਰਟੈਂਸ਼ਨ ਹੈ, ਕਿਸੇ ਨੂੰ ਗੋਡਿਆਂ ਦੀ ਤਕਲੀਫ ਹੈ, ਪਰ ਉਹ ਰੂਟੀਨ ਦੇ ਵਿੱਚ ਉਹਦੇ ਨਾਲ ਐਡਜਸਟ ਕਰ ਜਾਂਦਾ ਔਰ ਉਹਨੂੰ ਸਟ੍ਰੈਸ ਮਹਿਸੂਸ ਨਹੀਂ ਹੁੰਦਾ ਜੋ ਸ਼ੁਰੂ ਸ਼ੁਰੂ 'ਚ ਹੁੰਦਾ। ਇਸੇ ਤਰ੍ਹਾਂ ਹੀ ਇਮੋਸ਼ਨਲ ਤਕਲੀਫਾਂ ਨੇ, ਜੇ ਕਿਸੇ ਦੀ ਝਗੜਾ ਹੋ ਜਾਵੇ, ਬੌਸ ਨੇ ਕੁਛ ਕਹਿ ਦਿੱਤਾ, ਪਰੇਸ਼ਾਨੀ ਹੋ ਗਈ, ਟੀਚਰ ਨੇ ਕੁਛ ਕਹਿ ਦਿੱਤਾ, ਕੰਪਨੀ ਦੇ ਵਿੱਚ ਉਤਲ ਫੁਤਲ ਹੋ ਗਿਆ, ਆਪਸ 'ਚ ਹਸਬੈਂਡ ਵਾਈਫ 'ਚ ਰਿਲੇਸ਼ਨ 'ਚ ਕੋਈ ਗੜਬੜ ਹੋ ਗਈ, ਫਿਰ ਵੀ ਸਟ੍ਰੈਸ ਹੋ ਜਾਂਦਾ, ਪਰ ਕੁਝ ਚਿਰ ਬਾਅਦ ਉਹ ਫਿਰ ਨੋਰਮਲ ਰਬੜ ਬੈਂਡ ਵਾਂਗੂ ਆਪਣੀ ਨੋਰਮਲ ਲਾਈਫ 'ਤੇ ਆ। ਸੋ ਇਸ ਸਟ੍ਰੈਸ ਨੂੰ ਕਾਬੂ ਕਰਨ ਲਈ, ਇਸ ਸਟ੍ਰੈਸ ਨੂੰ ਦੂਰ ਕਰਨ ਲਈ ਸਾਡੇ ਕੋਲ ਬਹੁਤ ਸਾਰੇ ਤਰੀਕੇ ਨੇ, ਜਿਸ ਤਰ੍ਹਾਂ ਕਿ ਮੈਡੀਟੇਸ਼ਨ ਕਰਨਾ, ਖੁੱਲ੍ਹੀ ਹਵਾ 'ਚ ਬਹਿਣਾ, ਲੰਬੇ ਲੰਬੇ ਸਾਹ ਲੈਣੇ, ਯੋਗਾ ਕਰਨੀ, ਕੁੱਤੇ ਪਾਲਣੇ, ਬੱਚਿਆਂ ਨਾਲ ਖੇਡਣਾ, ਪਲੇਗਰਾਊਂਡ ਵਿੱਚ ਜਾਣਾ, ਹੱਸਣਾ ਯਾਰਾਂ ਦੋਸਤਾਂ ਨਾਲ, ਗੇਮ ਲਾਉਣੀ। ਸੋ ਇਹ ਕੁਝ ਇਹੋ ਜਿਹੇ ਜਿਹਦੇ ਨਾਲ ਮਈਅਰਸ ਨੇ ਜਿਹਦੇ ਨਾਲ ਸਾਡੀ ਸਟ੍ਰੈਸ ਲੈਵਲ ਜੋ ਹੈ ਉਹ ਘੱਟ ਜਾਂਦਾ ਅਤੇ ਅਸੀਂ ਆਪਣੀ ਡੇ ਟੂ ਡੇ ਲਾਈਫ ਦੇ ਵਿੱਚ ਆਪਣੀ ਜ਼ਿੰਦਗੀ ਜਿਹੜੀ ਗੁਜ਼ਾਰਦੇ। ਪਰ ਕਈ ਵਾਰੀ ਇਸ ਤਰ੍ਹਾਂ ਹੁੰਦਾ ਕਿ ਸਟ੍ਰੈਸ ਇੰਨਾ ਵੱਧ ਜਾਏ ਕਿ ਉਹਦਾ ਹਿਸਾਬ ਇਸ ਤਰ੍ਹਾਂ ਹੀ ਹੁੰਦਾ ਜਿਵੇਂ ਲੁਹਾਰ ਦਾ ਸੱਟ ਜਿਊਲਰ ਸੋਨੇ ਦੀ ਗਹਿਣੇ ਨੂੰ ਲੱਗ ਜਾਏ,
वो तो टुट जाएगा। सो इस तरह ही यहोजा स्ट्रैस जिहड़ा नॉर्मल कंडीशन तो ज़्यादा होए जिन्हों से कैटास्ट्रोफिक स्ट्रैस कहते हैं जिदे नाल बंदा आप वापस दोबारा उस रबर बैंड वांगू नॉर्मल लाइफ ना आए उहदे विच स्ट्रैस डिसऑर्डरस या एनजाइटी डिसऑर्डरस पैदा हो जाते हैं। वो की होंगे ने उन्हां दा ट्रीटमेंट किस तरह करना है ये असी अगली वीडियो करते हैं।